ਘਰ ਦਾ ਇੱਦਾਂ ਜੋ ਪਹਿਲਾਂ 19 'ਚ ਲੱਤ ਟੁੱਟੀ, ਹੁਣ 20 'ਚ, ਫਿਰ 20 'ਚ ਟੁੱਟੀ ਅਤੇ ਫਿਰ 21 'ਚ, ਹੁਣ ਫਿਰ ਟੁੱਟ ਗਈ ਲੱਤ, ਇਸ ਕਾਰਨ ਟੁੱਟ ਗਈ, 3 ਵਾਰਾਂ ਲੱਤ ਟੁੱਟੀ ਗਈ। ਕੰਮ ਕੀ ਕਰਦੇ ਪਹਿਲਾਂ? ਪਹਿਲਾਂ ਕੰਮ ਇੱਦਾਂ ਹੀ, ਦੂਜਾ ਖੁੱਲ੍ਹਾ ਹੀ ਕੰਮ ਕਰਦਾ ਹਾਂ, ਅਤੇ ਹੁਣ ਇੱਥੇ ਪਿੰਡ 'ਚ ਥੋੜ੍ਹਾ ਜਿਹਾ ਚਿਰ ਉੱਠਿਆ ਅਤੇ ਟਿੱਕੀਆਂ ਬਰਗਰ ਨੂਡਲ ਬਣਾਉਂਦਾ ਹਾਂ, ਤਾਂ ਫਿਰ ਟੁੱਟ ਗਈ ਲੱਤ, ਅਤੇ ਫਿਰ ਇਸ ਕਾਰਨ ਇੱਦਾਂ ਹੀ ਫਿਰ ਗੁਜ਼ਾਰਾ ਹੁੰਦਾ। ਜੋ ਤੁਹਾਨੂੰ ਪਤਾ ਘਰ ਦਾ ਇਹੋ ਹੀ ਹੈ, ਦੋਵੇਂ ਜੀ ਮਾਂ ਪੋਤੀ ਖੜਦੇ ਆ ਰੇੜੀ, ਮੈਂ ਇੱਦਾਂ ਲੰਮੇ ਪਿਆ ਪਿਆ ਬਣਾ ਦਿੰਦਾ ਵਾ ਚੀਜ਼, ਅਤੇ ਇਹ ਲੈ ਜਾਂਦੇ ਆ, ਬਸ ਜਿੰਨੇ ਕੁ ਬਚਦੇ, ਫਿਰ ਤੁਹਾਨੂੰ ਪਤਾ ਹੀ ਹੈ ਪਿੰਡਾਂ 'ਚ ਕਿੰਨੇ ਕੁ ਬਚਣੇ, ਉਸੇ ਹਿਸਾਬ ਨਾਲ ਫਿਰ ਤੁਰੇ ਰਹੀਦਾ। ਘਰ ਦੀ ਗੱਲ ਕਰ ਲਈ ਤਾਂ ਘਰ ਦੇ ਵੀ ਬਣਾਉਣ 'ਚ ਵੀ ਜਿੱਦਾਂ ਕਿ ਛੱਤ ਵੀ ਹੈ ਨਹੀਂ, ਅਤੇ ਕਿਸੇ ਨੂੰ ਮਦਦ ਵੀ ਕੀਤੀ? ਨਾ ਜੀ, ਕਿਸੇ ਨੇ ਮਦਦ ਨਹੀਂ ਜੋ ਕੀਤੀ ਅਜੇ ਤੱਕ, ਛੱਤ ਦੀ ਗੱਲ ਨਹੀਂ ਆਖੀ। ਤੁਸੀਂ ਅਪੀਲ ਕੀਤੀ ਕਿਸੇ ਨੂੰ ਮਦਦ ਵਾਸਤੇ? ਦੇਈਏ ਸਰਕਾਰ ਭਰੀਆਂ ਗਰਾਂਟਾਂ ਤਾਂ ਬੜੀ ਵਾਰ ਭਰੀਆਂ, ਪਰ ਦਿੱਤੀ ਕਿਸੇ ਨੇ ਨਹੀਂ, ਇਹ ਜੋ ਦਿੱਤੀ ਕਿਸੇ ਨੇ ਨਹੀਂ ਗਰਾਂਟ ਅੱਜ ਤੱਕ ਨਹੀਂ, ਜੋ ਕਦੇ ਕਿਸੇ ਕਾਫੀ ਮੁਸ਼ਕਲਾਂ ਆਉਂਦੀਆਂ ਹੋਣ ਜਦੋਂ ਮੀਂਹ ਚੱਕਣ ਦੇ। ਹਾਂਜੀ, ਸਾਡੇ ਕੋਲ ਕੋਠੇ 'ਤੇ ਚੜਿਆ ਵੀ ਨਹੀਂ ਜਾਂਦਾ, ਅਤੇ ਉਹ ਜਦੋਂ ਚੁੰਦਾ ਚਾਹੁੰਦਾ ਫਿਰ ਉੱਤਾਂ ਹੀ ਵੇਖਦੇ ਹੀ ਰਹੀਦਾ, ਫਿਰ ਤੁਹਾਨੂੰ ਪਤਾ ਛੋਟਾ ਜਿਹਾ ਬੱਚਾ ਇਹਨੇ ਕੀ ਕਰਨਾ ਜੋ ਉੱਥੇ ਜਾ ਕੇ ਕੋਠੇ 'ਤੇ ਚੜ ਕੇ, ਇਸੇ ਕਾਰਨ ਨਾ ਮਿੱਟੀ ਪੈਂਦੀ ਨਾ ਕੁਝ ਪੈਂਦਾ। ਕੀ ਮੰਗ ਕਰਦੇ? ਮੰਗ ਕੀ ਕਰਦੇ ਹਾਂ, ਅਸੀਂ ਤਾਂ ਆਖਣ, ਅਸੀਂ ਤਾਂ ਇਹੋ ਸੋਚਣ ਡੇ ਹਾਂ, ਤਾਂ ਚਲੋ ਸਾਨੂੰ ਕੋਈ ਇਹੋ ਜਿਹਾ ਕੰਮ ਕਾਰ ਹੋ ਜੇ, ਅਤੇ ਜਿਹੜਾ ਸਾਡੇ ਕੋਲ ਬੈਠਿਆਂ ਬੈਠਿਆਂ ਕੰਮ ਕਰੀ ਜਾਈਏ ਤੁਰਿਆਂ ਫਿਰਨ ਤੋਂ ਬਗੈਰ ਹੀ। ਵੀਰ ਜੀ, ਘਰ ਦਾ ਸਾਡਾ ਇਸ ਤਰ੍ਹਾਂ ਵੀ ਗੁਜ਼ਾਰਾ ਹੁੰਦਾ ਵਾ, ਵੀ ਇਹ ਮੇਰਾ ਪਤੀ ਆ, ਵੀ ਇਹਨਾਂ ਦੀ ਤੀਸਰੀ ਵਾਰ ਲੱਤ ਟੁੱਟ ਗਈ ਆ, ਅਤੇ ਮਤਲਬ ਛੋਟਾ ਜਿਹਾ ਮੇਰਾ ਬੇਟਾ 4 ਸਾਲਾਂ ਦਾ ਵਾ ਜੀ, ਅਤੇ ਅਸੀਂ ਵੀ ਮਤਲਬ ਕੁਝ ਤਾਂ ਸਾਨੂੰ ਚਲੋ ਵੀ ਵਿਲਸਨ ਪਲਸਨ ਮਿਲਦੀ ਆ ਸਰਕਾਰ ਵੱਲੋਂ, ਅਤੇ ਕੁਝ ਆਪਣਾ ਘਰ ਦਾ ਗੁਜ਼ਾਰਾ, ਵੀ ਇਹ ਤਾਂ ਵਿਚਾਰਾ ਕੁਝ ਕਰ ਨਹੀਂ ਸਕਦਾ, ਅਤੇ ਵੀ ਇਹ ਮੇਰਾ ਬੇਟਾ ਵਾ, ਇਹ ਸਕੂਲ 'ਚ ਪੜ੍ਹਦਾ ਵਾ 4 ਕਲਾਸ 'ਚ, ਅਤੇ 3-4 ਵਜੇ ਵਿਚਾਰਾ ਆਉਂਦਾ ਵਾ, ਅਤੇ ਆਉਂਦਿਆਂ ਨੂੰ ਮੈਂ ਇਹਦੇ ਸਮਾਨ ਸਮੂਨ ਬਣਾਉਂਦੀ ਹਾਂ, ਟਿੱਕੀਆਂ ਬਰਗਰ ਵੀ ਅਸੀਂ ਮਤਲਬ ਵੇਚਦੇ ਹਾਂ, ਅਤੇ ਜਦੋਂ ਮੈਂ ਤਿਆਰੀ ਕਰ ਲੈਂਦੀ ਜਦੋਂ ਸਕੂਲ 'ਚ ਆਉਂਦਾ ਵਾ, ਅਤੇ ਫਿਰ ਇਹਨੂੰ ਨਾਲ ਲੈ ਕੇ ਮੈਂ 3-4 ਵਜੇ ਜਾਂਦੀ ਰੇੜੀ ਲੈ ਕੇ, ਅਤੇ ਫਿਰ ਆਪਣੀ ਮਿਹਨਤ ਕਰੀਦੀ ਆ, ਅਤੇ ਤੁਹਾਨੂੰ ਪਤਾ ਹੀ ਵੀ ਪਿੰਡ ਦੇ ਵਿੱਚ ਕਜਾ ਆਦਮੀ ਨੇ ਕਮਾਈ ਕਰਨੀ ਅਤੇ ਕਜਾ ਜਨਾਨੀ ਨੇ ਕਰਨੀ, ਜਾਨੀ ਮੈਂ ਜ਼ਰੂਰ ਵਾ ਤਰ੍ਹਾਂ, ਚਲੋ ਜੇ 100-200 ਵੀ ਜੇ ਵੀ ਪੱਲੇ ਪੈ ਜੇ ਤਾਂ ਠੀਕ ਵਾ, ਨਹੀਂ ਤਾਂ ਕਿਸੇ ਵੇਲੇ ਉਸ ਤਰ੍ਹਾਂ ਵੀ ਆਉਣਾ ਪੈਂਦਾ ਸਾਨੂੰ ਘਰ ਵਿੱਚ, ਅਤੇ ਬੱਚਾ ਵਾ ਉਹਨੇ ਵੀ ਕਿੰਨਾ ਕੁ ਵਿਚਾਰੇ ਨੇ ਕੰਮ ਕਰ ਲੈਣਾ ਵਾ, ਉਹਨੂੰ ਵੀ ਧੱਕੇ ਦੇ ਨਾਲ ਹੀ ਖੜਨਾ ਪੈਂਦਾ, ਤੁਹਾਨੂੰ ਪਤਾ ਹੀ ਆ ਖੇਡਣ ਦੀ ਉਹਦੀ ਉਮਰ ਵਾ, ਅਤੇ ਉਹ ਤਾਂ ਵਿਚਾਰਾ ਹਜੇ ਕਰ ਨਹੀਂ ਕੋਈ ਸਕਦਾ, ਫਿਰ ਵੀ ਚਲੋ ਅਸੀਂ ਧੱਕੇ ਦੇ ਨਾਲ ਉਹਨੂੰ ਖੜਦੇ ਹਾਂ, ਜਾਂਦਾ ਸਾਡੇ ਨਾਲ, ਚਲੋ ਰੇੜੀ ਰੂੜੀ ਖਿੱਚਦਾ ਵਾ, ਮੈਂ ਵੀ ਨਹੀਂ ਕੁਝ ਕਰ ਸਕਦੀ, ਰੇੜੀ ਉਹ ਲੈ ਕੇ ਜਾਂਦਾ ਵਾ, ਮੈਂ ਇਸ ਤਰ੍ਹਾਂ ਹੀ ਵੀ ਕੁਰਸੀ 'ਤੇ ਬਹਿ ਕੇ ਲੱਗ ਗਈ, ਵੀ ਮਤਲਬ ਵੀ ਜਦੋਂ ਕੋਈ ਗਾਹਕ ਆਉਂਦਾ ਵਾ ਫਿਰ ਉਹਨੂੰ ਸਮਾਨ ਨੂੰ ਵੇਚਦੀ ਆ, ਬਾਕੀ ਇਹ ਮੇਰਾ ਬੇਟਾ ਹੀ ਆ ਸਾਰਾ ਕੰਮ ਕਰਦਾ ਵਿਚਾਰਾ, ਇਹੋ ਨਾਲ ਸਾਡੇ ਰੇੜੀ ਰੂੜੀ ਲੈ ਕੇ ਜਾਂਦਾ ਵਾ।